ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰ ਦਿਓ। ਮੈਕਸ ਨਿਊ ਚੰਡੀਗੜ੍ਹ ਦੇ ਬਿਲਕੁਲ ਬਿਲਡਿੰਗ ਦੇ ਸਾਹਮਣੇ ਤੁਸੀਂ ਦੇਖੋ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ। ਦੋ ਗੱਡੀਆਂ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਦੱਸ ਦਿੰਦੇ ਹਾਂ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ। ਦੋਨੇ ਗੱਡੀਆਂ ਇਸ ਮੌਕੇ ਮੌਜੂਦ ਨੇ। ਤਸਵੀਰ ਤੁਹਾਨੂੰ ਨਿਊ ਚੰਡੀਗੜ੍ਹ ਦੀ ਦਿਖਾ ਰਹੇ ਹਾਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਗੱਡੀ ਇਹ ਖੜੀ ਹੈ, ਦੂਜੇ ਪਾਸੇ ਦੂਜੀ ਗੱਡੀ ਉਹ ਦੂਜੇ ਪਾਸੇ ਖੜੀ ਹੈ, ਜੋ ਕਿ ਕਾਫੀ ਵੱਡਾ ਐਕਸੀਡੈਂਟ ਹੋਇਆ ਇਸ ਜਗ੍ਹਾ ਉੱਤੇ। ਜਿਹੜਾ ਚੁਰਸਤਾ ਹੈ, ਜਿਹੜਾ ਮੋੜ ਹੈ, ਉਸ ਜਗ੍ਹਾ ਉੱਤੇ ਹਮੇਸ਼ਾ ਤੁਸੀਂ ਦੇਖਿਆ ਕਿ ਜਿਹੜੇ ਐਕਸੀਡੈਂਟ ਹੁੰਦੇ ਰਹਿੰਦੇ ਨੇ, ਤਾਂ ਇਸ ਜਗ੍ਹਾ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇੱਕ ਐਕਸੀਡੈਂਟ ਹੋਇਆ ਹੈ, ਜਿਹਦੇ ਵਿੱਚ ਕਿ ਕਾਫੀ ਗੱਡੀਆਂ ਦੇ ਪਰਖਛੇ ਜਿਹੜੇ ਉੱਡ ਚੁੱਕੇ ਨੇ। ਤੁਸੀਂ ਦੇਖੋ ਕਿ ਇਹ ਨਾਲ ਦੀਆਂ ਤਸਵੀਰ ਜਿਹੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇੱਥੇ ਕਿ ਗੱਡੀ ਦਾ ਬਹੁਤ ਵਾਰੀ ਨੁਕਸਾਨ ਹੋਇਆ। ਤਾਂ ਮੌਕੇ 'ਤੇ ਮੌਜੂਦ ਲੋਕਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਜਿਸ ਤਰੀਕੇ ਨਾਲ ਗੱਡੀ ਦੇ ਹਾਲਾਤ ਲੱਗ ਰਹੇ ਨੇ, ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਹਾਦਸਾ ਵਾਪਰਿਆ ਹੈ ਇਸ ਜਗ੍ਹਾ ਦੇ ਉੱਤੇ। ਤੁਸੀਂ ਦੇਖਿਆ ਹੋਣਾ, ਹਮੇਸ਼ਾ ਬਹੁਤ ਵੱਡੇ ਹਾਦਸੇ ਦਾ ਕਾਰਨ ਜਿਹੜਾ ਓਵਰ ਸਪੀਡ ਹੁੰਦਾ ਹੈ, ਓਵਰ ਸਪੀਡ ਦੇ ਕਾਰਨ ਹੀ ਜਿਹੜੇ ਵੱਡੇ ਹਾਦਸੇ ਵਾਪਰਦੇ ਨੇ। ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਰਾਹੀਂ, ਸਭ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ, ਜਿੱਥੇ ਕਿ ਹਮੇਸ਼ਾ ਤੁਸੀਂ ਦੇਖਿਆ ਕਿ ਇਸ ਪਾਸੇ ਤੋਂ ਜੋ ਚੰਡੀਗੜ੍ਹ ਪਾਸੇ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਹਿਮਾਚਲ ਜਾ ਰਹੀਆਂ ਨੇ, ਜਾਂ ਫਿਰ ਆਪਾਂ ਗੱਲ ਕਰੀਏ ਕੁਰਾਲੀ ਵੱਲ, ਤਾਂ ਉਹਨਾਂ ਗੱਡੀਆਂ ਦੇ ਕਾਰਨ ਜਿਹੜੇ ਤੁਸੀਂ ਦੇਖੋ ਕਿੰਨੀ ਸਪੀਡ ਦੇ ਨਾਲ, ਹੁਣ ਵੀ ਕਿੰਨੀ ਗੱਡੀ ਸਪੀਡ ਦੇ ਨਾਲ ਆ ਰਹੀਆਂ ਨੇ, ਇੱਥੇ ਵੱਡੇ ਐਕਸੀਡੈਂਟ ਹੁੰਦੇ ਰਹਿੰਦੇ ਨੇ। ਇਸ ਨੂੰ ਲੈ ਕੇ ਹੁਣ ਜਿਹੜਾ ਹਾਦਸਾ ਵਾਪਰਿਆ, ਤਾਂ ਉਸਦੇ ਨਾਲ ਕਾਫੀ ਵੱਡਾ ਨੁਕਸਾਨ ਹੋਇਆ, ਕਾਫੀ ਲੋਕ ਜੋ ਇਕੱਠੇ ਹੋਏ ਸੀ, ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਹੋਇਆ ਕੀ ਹੈ, ਕਾਰਨ ਕੀ ਹੋਇਆ, ਕਿ ਕਿਸ ਕਾਰਨ ਜਿਹੜਾ ਐਕਸੀਡੈਂਟ ਹੋਇਆ। ਭਾਈ ਜੀ, ਗੱਡੀ ਕਿਹਦੀ ਸੀ? ਆਪਣੀ ਸੀ? ਹਾਂਜੀ, ਆਪਣੀ ਗੱਡੀ ਸੀ। ਹਾਂਜੀ ਹਾਂਜੀ, ਕਿਵੇਂ ਹੋਇਆ ਸਾਰਾ? ਓਹ ਭਾਈ, ਵੀਡੀਓ ਰਿਕਾਰਡਿੰਗ ਦੀ ਲੋੜ ਨਹੀਂ ਸਾਨੂੰ ਭਾਜੀ, ਕੋਈ ਗੱਲ ਨਹੀਂ, ਲਾਈਵ ਕਰ ਰਹੇ ਆ ਜੀ। ਹੈ ਕੋਈ ਮੈਂ ਚੈਨਲ ਤੋਂ ਹੀ ਹਾਂ, ਸਮਝ ਗਿਆ ਭਾਜੀ, ਕੋਈ ਗੱਲ ਨਹੀਂ, ਸਾਨੂੰ ਲੋੜ ਨਹੀਂ ਹੈਗੀ। ਕਿਵੇਂ ਹੋਇਆ ਦੱਸ ਤੂੰ? ਭਾਜੀ ਰੋਡ ਤੇ ਚੱਲਦੇ ਆ ਰਹੇ ਸੀ, ਉਹ ਰੋਂਗ ਸਾਈਡ ਤੋਂ ਆ ਰਿਹਾ ਸੀ ਤੇ ਗੱਡੀ ਵੱਜ ਗਈ। ਸਭ ਠੀਕ ਹੈ ਭਾਜੀ, ਇੱਕਦਮ ਓਕੇ ਹੈਗਾ। ਅੱਛਾ, ਬੰਦੇ ਡਰਿੰਕ ਕਰੀ ਜਾਂ ਕਿਵੇਂ? ਡਰਿੰਕ ਕੀਤੀ ਹੋਈ ਸੀ ਭਾਜੀ, ਬਹੁਤ ਜ਼ਿਆਦਾ। ਤੁਹਾਡੇ ਤਾਂ ਕੀ ਸਰਟ ਫੀਟ? ਹਾਂਜੀ, ਨਹੀਂ ਸਭ ਸੇਫ ਹੈਗੇ ਭਾਜੀ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਮੌਕੇ ਤੇ ਐਸਐਸ ਫੋਰਸ ਦੀਆਂ ਟੀਮਾਂ ਪਹੁੰਚ ਗਈਆਂ ਨੇ। ਸਰ ਕਿਵੇਂ ਹੋਇਆ, ਕੁਝ ਲੱਗਿਆ ਪਤਾ ਇਸ ਜਗ੍ਹਾ ਤੇ ਮੌਕੇ ਤੇ, ਕੀ ਦੇਖਿਆ ਹਾਲਾਤ ਤੁਸੀਂ ਆਣ ਕੇ? ਪਤਾ ਲੱਗਿਆ ਕਿ ਰੋਂਗ ਸਾਈਡ ਤੋਂ ਆ ਰਹੀ ਸੀ ਈਕੋ ਦੀ ਗੱਡੀ, ਉਹਨੇ ਡਰਿੰਕ ਕੀਤੀ ਹੋਈ ਸੀ। ਅੱਛਾ ਜੀ, ਤੇ ਉਹ ਰੋਂਗ ਸਾਈਡ ਦਾ ਤੇ ਵਰਨਾ ਵਾਲੇ ਆਪਣੇ ਸਾਈਡ ਦਾ ਤੇ, ਤਾਂ ਦੋਨੋਂ ਦੀ ਆਪਸ 'ਚ ਹੋ ਗਿਆ। ਦੋਨੋਂ ਦੀ ਕੋਈ ਸੱਟ ਤਾਂ ਨਹੀਂ ਕੋਈ ਲੱਗੀ? ਕੋਈ ਨਹੀਂ, ਦੋਨੋਂ ਦੀ ਕੋਈ ਇੰਜਰੀ ਨਹੀਂ ਆਈ, ਕਿ ਸੇਫ ਹੈ ਸਾਰਾ। ਸੇਫ ਹੈ। ਹਾਂਜੀ, ਤਾਂ ਇੱਥੇ ਰੋਜ਼ਾਨਾ ਐਕਸੀਡੈਂਟ ਹੁੰਦੇ ਰਹਿੰਦੇ ਨੇ, ਜ਼ਿਆਦਾ ਕਾਰਨ ਕਿਆ ਲੱਗਦਾ ਕਿ ਓਵਰ ਸਪੀਡ ਹੈ, ਕੀ ਲੱਗਦਾ ਚੱਕਰ? ਇਹ ਤਾਂ ਸਰ ਦੇਖਦੇ ਆ ਕਰਦੇ, ਤੇ ਮੈਨੂੰ ਲੱਗਦਾ ਇੱਥੇ ਲਾਈਟਾਂ ਹੋਣੀ ਚਾਹੀਦੀਆਂ, ਤੇ ਉਹ ਅਸੀਂ ਕਹਿੰਦੇ ਆ ਕਿ ਅਫਸਰਾਂ ਨੂੰ ਕਹਿੰਦੇ ਦੇਖੋ ਇਹ ਉਰੇ ਲਾਈਟ ਲੋਇਟ ਲਗਾਉਣੀ ਚਾਹੀਦੀ ਹੈ। ਤੁਸੀਂ ਰੋਜ਼ਾਨਾ ਇਸ ਰੋਡ ਦੇ ਉੱਤੇ ਰਹਿੰਦੇ ਹੋ, ਤਨਾਤ ਹਮੇਸ਼ਾ ਐਕਸੀਡੈਂਟ ਵੀ ਤੁਸੀਂ ਦੇਖ ਕਵਰ ਕਰਦੇ ਰਹਿੰਦੇ ਹੋ, ਤਾਂ ਕਿਤੇ ਨਾ ਕਿਤੇ ਇੱਥੇ ਲੋੜ ਤਾਂ ਬਹੁਤ ਜ਼ਿਆਦਾ ਹੈ, ਕਿ ਜਿੱਦਾਂ ਟ੍ਰੈਫਿਕ ਲਾਈਟਾਂ ਦੀ, ਤੇ ਅੱਗੇ ਵੀ ਟ੍ਰੈਫਿਕ ਲਾਈਟ ਲੱਗੀਆਂ ਹੋਈਆਂ ਨੇ, ਇੱਥੇ ਵੀ ਲੋੜ ਹੈ। ਤੇ ਅਸੀਂ ਕਹਿੰਦੇ ਆ ਸਾਨੂੰ ਆਪਣੇ ਆਪਾਂ ਉੱਪਰ ਗੱਲ ਪਹੁੰਚਾਵਾਂਗੇ ਆਪਣੇ ਅਫਸਰਾਂ ਕੋਲ, ਤੇ ਇਹਨੇ ਕਹਿੰਦੇ ਆ ਕਿ ਇੱਥੇ ਲਾਈਟਾਂ ਦਾ ਕਰਵਾ ਦਿੰਦੇ ਆ। ਦੇਖੋ ਐਸ ਐਸ ਫੋਰਸ ਜਿਹੜੇ ਮੁਲਾਜ਼ਮ ਨੇ ਜਗ੍ਹਾ ਉੱਤੇ ਪਹੁੰਚੇ ਹੋਏ ਸੀ, ਤਾਂ ਇਹਨਾਂ ਵੱਲੋਂ ਪੂਰੀ ਡਿਟੇਲ ਜਿਹੜੀ ਗੱਡੀ ਦੀ ਲਈ ਜਾ ਰਹੀ ਹੈ, ਤੇ ਨਾਲ ਦੀ ਨਾਲ ਦੇਖੋ ਦੋਨੇ ਪਾਸੇ ਜਿਹੜੀਆਂ ਗੱਡੀਆਂ, ਕਾਫੀ ਵੱਡਾ ਨੁਕਸਾਨ ਹੋਇਆ। ਤਾਂ ਇਹ ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਦੀਆਂ ਦਿਖਾ ਰਹੀ ਹਾਂ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ, ਕਿਉਂਕਿ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਹੁਣ ਓਵਰ ਸਪੀਡ ਦੇ ਨਾਲ ਕਾਫੀ ਰੋਜ਼ਾਨਾ ਐਕਸੀਡੈਂਟ ਹੁੰਦੇ ਰਹਿੰਦੇ ਨੇ। ਅੱਜ ਇੱਕ ਹੋਰ ਬੂਥਗੜ੍ਹ ਤੋਂ ਦੇਖੇ ਜੋ ਤੋਗਾ ਰੋਡ ਜਾ ਰਿਹਾ, ਉਸ ਰੋਡ ਦੇ ਉੱਤੇ ਵੀ ਇੱਕ ਵੱਡਾ ਐਕਸੀਡੈਂਟ ਹੋਇਆ, ਜਿੱਥੇ ਦੱਸਿਆ ਜਾ ਰਿਹਾ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ। ਦੋਨੇ ਰੋਡ ਜਿਹੜੇ ਕਾਫੀ ਚੱਲਦੇ ਨੇ, ਜਿਨ੍ਹਾਂ ਰੋਡਾਂ ਨੂੰ ਲੈ ਕੇ ਇੱਥੇ ਵੱਡੇ ਵੱਡੇ ਐਕਸੀਡੈਂਟ ਹੁੰਦੇ ਰਹਿੰਦੇ ਨੇ, ਇੱਥੇ ਟ੍ਰੈਫਿਕ ਲਾਈਟਾਂ ਦੀ ਬਹੁਤ ਲੋੜ ਹੈ। ਇੱਕ ਗੱਡੀ ਇਹ ਹੈ ਜਿਹੜੀ ਦੂਜੇ ਪਾਸੇ, ਤੁਸੀਂ ਦੇਖੋ ਕਿ ਜਿਹੜੀ ਦੱਸਿਆ ਜਾ ਰਿਹਾ ਕਿ ਯੂ ਟਰਨ ਗੱਡੀ ਕਰਨ ਲੱਗੀ ਸੀ, ਤਾਂ ਯੂ ਟਰਨ ਕਰਦੇ ਹੋਏ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ, ਜੋ ਕਿ ਦੱਸਿਆ ਜਾ ਰਿਹਾ ਕਿ ਇਸ ਜੋ ਗੱਡੀ ਦਾ ਮਾਲਕ ਹੈ, ਉਸਨੇ ਡਰਿੰਕ ਕੀਤੀ ਹੋਈ ਸੀ, ਜਿਸ ਕਰਕੇ ਇਹ ਜਿਹੜਾ ਭਿਆਨਕ ਐਕਸੀਡੈਂਟ ਵਾਪਰਿਆ। ਇਸ ਮੌਕੇ 'ਤੇ ਦੇਖੋ ਕਿ ਏਅਰ ਬੈਗ ਤੱਕ ਜਿਹੜੇ ਗੱਡੀ ਦੇ ਖੁੱਲ ਚੁੱਕੇ ਨੇ, ਤਾਂ ਪਤਾ ਲੱਗਿਆ ਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਜਿਹੜੀਆਂ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ, ਜਿਸਦੇ ਕਾਰਨ ਕਿ ਇਹ ਐਕਸੀਡੈਂਟ ਬਹੁਤ ਵੱਡਾ ਮੰਨ ਸਕਦੇ ਹਾਂ, ਕਿ ਜਿਸ ਤਰੀਕੇ ਨਾਲ ਰੋਜ਼ਾਨਾ ਇੱਥੇ ਕੋਈ ਨਾ ਕੋਈ ਐਕਸੀਡੈਂਟ ਵਾਪਰਦਾ ਰਹਿੰਦਾ ਇਹ ਰੋਡ। ਰੋਜ਼ਾਨਾ ਤੁਸੀਂ ਦੇਖਿਆ ਹੋਣਾ ਕਿ ਇਸ ਰੋਡ ਦੇ ਉੱਤੇ ਕਾਫੀ ਟ੍ਰੈਫਿਕ ਜਿਹੜੀ ਹੁਣ ਹੋ ਚੁੱਕੀ ਹੈ, ਤਾਂ ਪੁਲਿਸ ਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਜਿੱਥੇ ਟ੍ਰੈਫਿਕ ਲਾਈਟਾਂ ਦੀ ਲੋੜ, ਉੱਥੇ ਟ੍ਰੈਫਿਕ ਲਾਈਟਾਂ ਵੀ ਲਗਾਉਣੀਆਂ ਚਾਹੀਦੀਆਂ ਨੇ, ਅਤੇ ਨਾਲ ਦੀ ਨਾਲ ਜਿਸ ਜਗ੍ਹਾ ਉੱਤੇ ਲੱਗਦਾ ਕਿ ਹਾਂ
ਇੱਥੇ ਰੋਜ਼ਾਨਾ ਓਵਰ ਸਪੀਡ ਦੇ ਨਾਕੇ ਲਗਾ ਕੇ ਉਹਨਾਂ ਲੋਕਾਂ ਦੇ ਸਖ਼ਤ ਚਲਾਨ ਜਿਹੜੇ ਕਰਨੇ ਚਾਹੀਦੇ ਨੇ। ਉਹ ਮੈਕਸ ਨਿਊ ਚੰਡੀਗੜ੍ਹ ਤਸਵੀਰ ਦਿਖਾ ਰਹੇ ਹਾਂ, ਜਿੱਥੇ ਤੁਸੀਂ ਦੇਖੋਗੇ ਸਾਹਮਣੇ ਬਿਲਡਿੰਗ ਤੁਸੀਂ ਮੈਕਸ ਹੀ ਦੇਖ ਸਕਦੇ ਹੋ, ਜਿੱਥੇ ਕਿ ਇੱਕ ਵੱਡਾ ਚੁਰਸਤਾ ਇਸ ਜਗ੍ਹਾ 'ਤੇ ਬਣਿਆ ਹੋਇਆ। ਪਿੰਡ ਪੜੌਲ ਤੋਂ ਜਿਹੜੇ ਲੋਕ ਕਈ ਵਾਰ ਹੁੰਦਾ ਕਿ ਰੋਂਗ ਸਾਈਡ ਯੂ ਟਰਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਦੇ ਕਾਰਨ ਜਿਹੜੇ ਇਹ ਵੱਡੇ ਹਾਦਸੇ ਵਾਪਰਦੇ ਨੇ। ਇਸ ਲਾਈਵ ਤਸਵੀਰਾਂ ਨੂੰ ਤੁਸੀਂ ਸ਼ੇਅਰ ਕਰਦੇ ਰਹੋ, ਜਿਹਦੇ ਨਾਲ ਕਿ ਹਰ ਬੰਦੇ ਕਹੋ ਤੁਸੀਂ ਦੇਖੋ ਕਿੰਨਾ ਜਿਹੜਾ ਗੱਡੀ ਦਾ ਪੂਰਾ ਸਮਾਨ ਟੁੱਟ ਕੇ ਇਸ ਜਗ੍ਹਾ ਉੱਤੇ ਗਿਰ ਚੁੱਕਾ ਹੈ। ਕਾਫੀ ਲੋਕ ਜਿਹੜੇ ਪਹੁੰਚੇ ਹੋਏ ਨੇ, ਤਾਂ ਤਸਵੀਰਾਂ ਤੁਹਾਡੇ ਨਾਲ ਲਾਈਵ ਦਿਖਾ ਰਹੇ ਹਾਂ, ਅੱਗੇ ਵੀ ਆਪਣੇ ਦੋਸਤ ਮਿੱਤਰ ਤੱਕ ਸ਼ੇਅਰ ਕਰਦੇ, ਕਿਉਂਕਿ ਇਸ ਰੋਡ ਦੇ ਉੱਤੇ ਜੋ ਵੀ ਲੋਕ ਜਾਂਦੇ ਨੇ ਕਿਤੇ ਨਾ ਕਿਤੇ ਬਿਲਕੁਲ ਆਪਣਾ ਬਚਾਅ ਰੱਖਣ, ਕਿਉਂਕਿ ਜਿਸ ਤਰੀਕੇ ਨਾਲ ਗੱਡੀ ਦੇ ਹਾਲਾਤ ਹੋ ਚੁੱਕੇ ਨੇ, ਦੱਸਿਆ ਜਾ ਰਿਹਾ ਕਿ ਕੁਝ ਕੁੜੀਆਂ ਵੀ ਇਸ ਦੇ ਵਿੱਚ ਮੌਜੂਦ ਸੀ ਗੱਡੀ ਦੇ ਵਿੱਚ, ਜੋ ਕਿ ਹੁਣ ਕਿਸੇ ਹੋਰ ਗੱਡੀ ਦੇ ਵਿੱਚ ਉਹਨਾਂ ਨੂੰ ਸੇਫ ਭੇਜਿਆ ਗਿਆ। ਪਰ ਤੁਸੀਂ ਦੇਖੋ ਕਿ ਵਰਨਾ ਨਵੀਂ ਗੱਡੀ ਸੀ, ਬਿਲਕੁਲ ਤੁਸੀਂ ਦੇਖੋ ਕਿ ਨਵੀਂ ਗੱਡੀ ਦੇ ਬਿਲਕੁਲ ਖਤਮ ਕਰਕੇ ਰੱਖ ਦਿੱਤਾ ਇੱਕ ਭਿਆਨਕ ਐਕਸੀਡੈਂਟ ਨੇ। ਥੋੜ੍ਹੀ ਜਲਦਬਾਜ਼ੀ, ਭਾਵੇਂ ਵਰਨਾ ਗੱਡੀ ਦੀ ਗਲਤੀ ਮੰਨ ਸਕਦੇ ਹਾਂ ਜਾਂ ਫਿਰ ਆਪਾਂ ਮੰਨ ਸਕਦੇ ਹਾਂ ਦੂਜੀ ਗੱਡੀ ਦੀ ਗਲਤੀ ਹੈ, ਪਰ ਕਿਤੇ ਨਾ ਕਿਤੇ ਨੁਕਸਾਨ ਜਦੋਂ ਹੁੰਦਾ ਤਾਂ ਕਾਫੀ ਦੋਨੇ ਧਿਰਾਂ ਦਾ ਨੁਕਸਾਨ ਹੁੰਦਾ, ਭਾਵੇਂ ਕਿ ਇੰਸ਼ੋਰੈਂਸ ਕਵਰ ਕਰ ਲੈਂਦੀ ਹੈ, ਪਰ ਕਿਤੇ ਨਾ ਕਿਤੇ ਜਦੋਂ ਹਾਦਸੇ ਵਾਪਰਦੇ ਨੇ ਉਹਨਾਂ ਦੇ ਵਿੱਚ ਕਾਫੀ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਨੇ। ਤਾਂ ਤੁਸੀਂ ਦੇਖੋ ਕਿ ਨਜ਼ਦੀਕ ਦੇ ਲੋਕਾਂ ਦੀ ਦੇਖਣ ਵਾਲਿਆਂ ਦੀ ਭੀੜ ਵੀ ਲੱਗ ਜਾਂਦੀ ਹੈ, ਕਿਉਂਕਿ ਪਰ ਲੋਕਾਂ ਨੂੰ ਆਪਣੇ ਆਪ ਇੱਕ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਰੋਡ 'ਤੇ ਚੱਲਦੇ ਹੋ ਬਿਲਕੁਲ ਸੇਫ ਤਰੀਕੇ ਨਾਲ ਚੱਲੋ, ਕਿਉਂਕਿ ਅੱਜ ਕੱਲ੍ਹ ਆਪਾਂ ਆਪਣਾ ਬਚਾਅ ਕਰਦੇ ਹਾਂ, ਦੂਜੇ ਦਾ ਬਚਾਅ ਵੀ ਕਰਨਾ ਸਾਨੂੰ ਬਣਦਾ, ਕਿਉਂ ਜਿਸ ਤਰੀਕੇ ਨਾਲ ਰੋਡ ਦੇ ਉੱਤੇ ਰੋਜ਼ਾਨਾ ਟ੍ਰੈਫਿਕ ਵੱਧ ਰਹੀ ਹੈ। ਇਸ ਤਰ੍ਹਾਂ ਪਾਸੇ ਦੇ ਆਪਾਂ ਗੱਲ ਕਰੀਏ ਪਿੰਡੀ ਵਾਲੇ ਪਾਸੇ ਤੋਂ, ਚੈਨਲ 'ਤੇ ਲਾਈਵ ਚੱਲ ਰਹੀ ਹੈ, ਤੁਹਾਨੂੰ ਦੱਸ ਦਿੰਦਾ ਮੈਂ ਦੱਸ ਦਿੰਦਾ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿੱਥੇ ਕਿ ਲਾਈਵ ਤਸਵੀਰਾਂ 'ਤੇ ਤੁਸੀਂ ਕਵਰ ਦੇਖ ਸਕਦੇ ਹੋ ਕਿ ਕਿਵੇਂ ਇੱਕ ਭਿਆਨਕ ਐਕਸੀਡੈਂਟ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਤਦ ਇੱਕ ਵਰਨਾ ਗੱਡੀ ਨਵੀਂ, ਬਿਲਕੁਲ ਤੁਸੀਂ ਦੇਖੋ ਮੌਕੇ 'ਤੇ ਐਸਐਸ ਫੋਰਸ ਵੀ ਪਹੁੰਚ ਚੁੱਕੀ ਸੀ, ਤਾਂ ਦੋਨੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ। ਤਾਂ ਜਿਸ ਤਰੀਕੇ ਦੇ ਨਾਲ ਇਹ ਗੱਡੀ ਹੈ, ਤਾਂ ਇੱਕ ਇਸ ਪਾਸੇ ਜਿਹੜੇ ਲੋਕ ਵੀ ਦੇਖਣ ਵਾਲੇ ਨੇ, ਦੂਜੇ ਪਾਸੇ ਦੂਜੀ ਗੱਡੀ ਖੜ੍ਹੀ ਹੈ, ਤਾਂ ਕਾਫੀ ਵੱਡਾ ਨੁਕਸਾਨ ਜਿਹੜਾ ਵਾਪਰਿਆ। ਜਿਸ ਨੂੰ ਲੈ ਕੇ ਅਸੀਂ ਅਪੀਲ ਕਰਦੇ ਹਾਂ, ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ, ਵੱਧ ਤੋਂ ਵੱਧ ਖਬਰ ਸ਼ੇਅਰ ਕਰਕੇ ਕਮੈਂਟ ਚੁੜ ਕਰੇ, ਜਿਹਦੇ ਨਾਲ ਕਿ ਹੋਰ ਲੋਕਾਂ ਤੱਕ ਵੀ ਇਹ ਇੱਕ ਖਬਰ ਪਹੁੰਚ ਸਕੇ, ਕਿਉਂਕਿ ਜਿਸ ਤਰੀਕੇ ਨਾਲ ਰੋਜ਼ਾਨਾ ਐਕਸੀਡੈਂਟ ਹੁੰਦੇ